ਆਪਣਾ ਕੁੜਤੀਆਂ ਦਾ ਸੈਕਸ਼ਨ ਜਿੱਥੇ ਆਪਾਂ ਨੂੰ ਮਿਲ ਜਾਂਦੀ ਹੈ ਕੁੜਤੀ 49 ਰੁਪੀਸ ਦੇ ਨਾਲ। ਆ ਵੇਖੋ ਚਿਕਨਕਾਰੀ, ਜਿਹੜਾ ਕਿ ਅੱਜ ਕੱਲ੍ਹ ਲਖਨਊ ਦੇ ਜਿਹੜੀ ਚਿਕਨਕਾਰੀ ਹੈ ਸਭ ਤੋਂ ਜ਼ਿਆਦਾ ਫੇਮਸ ਹੈ। ਜਿਹੜਾ ਇੱਥੇ 2500 ਰੁਪਏ ਦਾ ਸੂਟ ਹੈ ਸਰ, ਉਹ ਮਾਰਕੀਟ ਦੇ ਵਿੱਚ ਵਿਕਦਾ ਆਰਾਮ ਨਾਲ 5-7 ਹਜ਼ਾਰ ਰੁਪਏ। ਆਪਣੇ ਇੱਥੇ ਬ੍ਰਾਈਡਲ ਲਹਿੰਗੇ 2000 ਰੁਪਏ ਦੇ ਨਾਲ ਮਿਲ ਜਾਂਦੇ ਨੇ ਅਤੇ ਸੈਮੀ ਬ੍ਰਾਈਡਲ 680 ਰੁਪਏ ਦੇ ਨਾਲ। ਕੰਪਲੀਟ ਅਤੇ ਪੇਜ ਵਰਕ ਹੈ ਸਰ, ਸਟੋਨ ਵਰਕ ਦੇ ਨਾਲ ਮਿਲ ਜਾਂਦਾ ਹੈ, ਜਰਦੋਸ਼ੀ ਵਰਕ ਦਾ ਟੱਚਅਪ ਦਿੱਤਾ ਹੋਇਆ ਹੈ। ਵੈਰਾਇਟੀ ਕਿੰਨੀ ਕੁ ਮੈਮ, ਮਤਲਬ ਸਰ 60,000 ਪਲੱਸ ਵੈਰਾਇਟੀਜ਼ ਨੇ। ਅੱਛਾ, ਅਤੇ ਬਾਕੀ ਸਰ ਕਲੈਕਸ਼ਨ ਤਾਂ ਕੋਈ ਘੱਟ ਹੀ ਹੈ ਨਹੀਂ, 1000 ਪਲੱਸ ਵੈਰਾਇਟੀਜ਼ ਮਿਲ ਜਾਂਦੇ ਨੇ ਸਰ। ਇੱਥੇ ਤੁਹਾਨੂੰ ਮਿਲ ਜਾਂਦੇ ਨੇ ਬੋਰਨ ਬੇਬੀ ਤੋਂ ਲੈ ਕੇ 13 ਸਾਲਾਂ ਤੱਕ ਦੇ ਬੱਚਿਆਂ ਦੇ ਕੱਪੜੇ, ਜਿਹੜੇ ਆਪਣੇ ਕਿਡਸ ਵੇਅਰ ਦਾ ਕਲੈਕਸ਼ਨ ਹੈ ਸਰ, ਉਹ 14 ਰੁਪੀਸ ਦੇ ਨਾਲ ਸਟਾਰਟ ਹੋ ਜਾਂਦਾ ਹੈ। 14 ਰੁਪਏ ਸਿਰਫ ਔਰ ਸਿਰਫ 14 ਰੁਪੀਸ ਦੇ ਨਾਲ ਮਿਲੂਗਾ ਜੀ ਕਲੈਕਸ਼ਨ ਕੰਪਲੀਟ ਸੈੱਟ ਵਾਈਜ਼। ਕਹਿੰਦੇ ਨੇ ਕਿ ਡਾਰਕ ਕਲਰ ਦਾ ਕਲਰ ਨਿਕਲ ਜਾਂਦਾ ਹੈ, ਕਲਰ ਫੇਡ ਹੋ ਜਾਂਦਾ ਹੈ, ਫੁੱਲ ਗਾਰੰਟੀ ਹੈ ਸਰ, ਨਾ ਤਾਂ ਕਲਰ ਫੇਡ ਹੋਊਗਾ ਨਾ ਹੀ ਕੱਪੜਾ ਸ਼੍ਰਿੰਕ ਹੋਊਗਾ। 10,000 ਪਲੱਸ ਲੇਡੀਜ਼ ਨੇ ਜਿਹੜੇ ਅੱਜ ਮੇਰਾ ਫੈਸ਼ਨ ਦੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਦਲਜੀਤ ਬਾਈ ਵਾਂਗੂ ਕੁੜਤਾ ਮੈਂ ਪਾ ਕੇ ਆਪਾਂ ਵੀ ਅੱਜ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਖੜੇ ਹਾਂਗੇ, ਅਤੇ ਇੱਕ ਪ੍ਰਮੋਸ਼ਨ ਆਈ ਸੀਗੀ ਕੱਪੜਿਆਂ ਦੇ ਬ੍ਰਾਂਡ ਦੀ, ਜੋ ਮੈਨੂਫੈਕਚਰ ਨੇ, ਜਿਹੜਾ ਵੀ ਬੰਦਾ ਨਵਾਂ ਕੰਮ ਕੱਪੜਿਆਂ ਸ਼ੁਰੂ ਕਰਨਾ ਚਾਹੁੰਦਾ ਜਾਂ ਪਹਿਲਾਂ ਕਰ ਰਿਹਾ ਹੈਗਾ, ਜੇ ਉਹ ਆਪਣੇ ਕੰਮ ਨੂੰ ਵਧਾਉਣਾ ਚਾਹੁੰਦਾ, ਵੀਡੀਓ ਧਿਆਨ ਨਾਲ ਸੁਣ ਲਿਓ। ਬਹੁਤ ਹੀ ਘੱਟ ਰੇਟ 'ਤੇ, ਜਿਵੇਂ ਆਪਾਂ ਦਿੱਲੀ ਜਾਂ ਲੁਧਿਆਣੇ ਨੂੰ ਦੇਖਦੇ ਹਾਂ, ਉਹ ਤੋਂ ਵੀ ਘੱਟ ਰੇਟ 'ਤੇ ਜਿਹੜੇ ਇੱਥੋਂ ਕੱਪੜੇ ਮਿਲਦੇ ਨੇ, ਤੁਸੀਂ ਹੈਰਾਨ ਰਹਿ ਜਾਓਗੇ। ਸਾਰੀ ਗੱਲਬਾਤ ਆਪਾਂ ਕਰਾਂਗੇ, ਆ ਜਾਓ ਜੀ ਚੱਲਦੇ ਅੰਦਰ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਰ ਜੀ। ਮੈਮ, ਸਭ ਤੋਂ ਪਹਿਲਾਂ ਤਾਂ ਨਾ ਦਰਸ਼ਕਾਂ ਨੂੰ ਆਪਣੀ ਅਜਮੇਰਾ ਫੈਸ਼ਨ ਦੀ ਲੋਕੇਸ਼ਨ ਦੱਸ ਦਿਓ ਜੀ, ਕਿੱਥੇ? ਸਰ, ਅਜਮੇਰਾ ਫੈਸ਼ਨ ਸ਼ਿਫਟ ਹੋ ਚੁੱਕਿਆ ਇੱਕ ਨਵੀਂ ਥਾਂ ਤੇ, ਜਿਹੜਾ ਕਿ ਜੀਵਨ ਗਰਾਊਂਡ ਫਲੋਰ ਸੁਰਾਣਾ 101 ਸਾਰਾ ਦਰਵਾਜ਼ਾ ਰਿੰਗ ਰੋਡ ਸੂਰਤ, ਰੇਲਵੇ ਸਟੇਸ਼ਨ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਹੈ ਸਰ ਜੀ। ਹਾਂਜੀ ਸਰ। ਮੈਮ, ਜੇ ਗੱਲ ਕਰੀਏ ਅਜਮੇਰਾ ਫੈਸ਼ਨ ਦੀ, ਕਿਹੜੇ ਜਿਹੜੇ ਪ੍ਰੋਡਕਟ ਆਪਣੇ ਦਰਸ਼ਕਾਂ ਨੂੰ ਅੱਜ ਦੇਖਣ ਨੂੰ ਮਿਲਣਗੇ? ਸਰ, ਆਪਣੇ ਇੱਥੇ ਸੂਟ, ਸਾੜੀ, ਕੁੜਤੀਸ, ਕਿਡਸ ਵੇਅਰ, ਮੈਨਸ ਵੇਅਰ, ਬਾਟਮ ਵੇਅਰ ਤੇ ਹੈਂਡਵਰਕ ਸਪੈਸ਼ਲ ਮਿਲ ਜਾਂਦਾ ਹੈ, ਲਹਿੰਗੇ, ਗਾਊਨਸ, ਆਲ ਓਵਰ ਔਮਨਸ ਅਪੀਅਰਲ ਮਿਲ ਜਾਂਦੇ ਨੇ ਸਰ ਜੀ। ਹਾਂਜੀ ਸਰ। ਤੇ ਮੈਮ ਕਰੀਏ ਫਿਰ ਦਿਖਾਈਏ ਪ੍ਰੋਡਕਟ। ਹਾਂਜੀ ਬਿਲਕੁਲ ਸਰ। ਆ ਲਓ ਸਰ, ਲੈ ਕੇ ਆ ਚੁੱਕੇ ਹਾਂ ਤੁਹਾਨੂੰ ਅਜਮੇਰਾ ਫੈਸ਼ਨ ਦੇ ਸੂਟਾਂ ਦੇ ਕਾਊਂਟਰ ਦੇ ਵਿੱਚ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਹੁੰਦੀ ਹੈ ਜੀ ਪਟਿਆਲਾ ਸੂਟ ਦੀ, ਤਾਂ ਉਹੋ ਜਿਹੇ ਕਲੈਕਸ਼ਨ ਲੈ ਕੇ ਆਏ ਸਰ। ਆ ਵੇਖੋ, ਕਾਫੀ ਸੋਹਣੇ ਜਿਹੇ ਕਲੈਕਸ਼ਨ ਨੇ, ਆਰਟੀਕਲ ਵੇਖੋ ਸਰ, ਕਾਫੀ ਪਿਆਰੇ ਨੇ, ਸਾਰੇ ਪਾਕਿਸਤਾਨੀ ਕਲੈਕਸ਼ਨ ਹੈ। ਆ ਵੇਖ ਲਓ, ਜਿਨ੍ਹਾਂ ਦੀ ਮਾਰਕੀਟ ਵੈਲਿਊ ਰਹਿੰਦੀ ਹੈ ਸਰ 4-4, 5-5 ਹਜ਼ਾਰ ਰੁਪਏ, ਬਟ ਇੱਥੇ ਮਿਲ ਜਾਂਦੇ ਆ 500 ਰੁਪਏ ਦੀ ਸਟਾਰਟਿੰਗ ਰੇਂਜ ਦੇ ਵਿੱਚ ਪਾਕਿਸਤਾਨੀ ਕਲੈਕਸ਼ਨ ਸਰ। ਠੀਕ ਹੈ ਜੀ। ਤੇ ਉਵੇਂ ਆਪਣੇ ਸੂਟ ਮਿਲਦੇ ਨੇ ਇੱਥੇ 78 ਰੁਪੀਸ ਦੇ ਨਾਲ, ਤੇ ਕਲੈਕਸ਼ਨ ਤੁਸੀਂ ਵੇਖ ਰਹੇ ਹੋ, ਕਲਰ, ਡਿਜ਼ਾਈਨ, ਡਿਫਰੈਂਟ ਸਭ ਕੁਝ ਮਿਲ ਜਾਊਗਾ। ਤੇ ਆ ਵੇਖੋ ਸਰ, ਇੱਕ ਹੋਰ ਪਿਆਰਾ ਜਿਹਾ ਸੋਹਣਾ ਜਿਹਾ ਕਲੈਕਸ਼ਨ, ਕਾਫੀ ਐਲੀਗੈਂਟ ਲੁੱਕ ਹੈ, ਕੰਪਲੀਟ ਜਾਰਜਟ ਫੈਬਰਿਕ ਤੇ ਆਊਗਾ, ਤੇ ਦੁਪੱਟਾ ਤੁਸੀਂ ਵੇਖੋਗੇ ਤਾਂ ਆ ਵੇਖੋ ਕਿੰਨਾ ਪਿਆਰਾ ਜਿਹਾ ਹੈਵੀ ਦੁਪੱਟਾ ਹੈ ਇਹਦਾ, ਫੁੱਲ ਸਾਈਜ਼ ਦਾ ਦੁਪੱਟਾ ਮਿਲ ਜਾਂਦਾ ਹੈ, ਵੇਖ ਸਕਦੇ ਹੋ ਲੈਂਥ ਐਂਡ ਵਿਡਥ ਕੰਪਲੀਟ ਫੁੱਲ ਸਾਈਜ਼ ਦੀ ਹੈ। ਇਹਦੇ ਨਾਲ ਤੁਹਾਨੂੰ ਕਲਰ ਆਪਸ਼ਨ ਬਥੇਰੇ ਮਿਲਣਗੇ ਸਰ, ਡਿਜ਼ਾਈਨਸ ਵੀ ਬਥੇਰੇ ਮਿਲ ਜਾਣਗੇ। ਇੱਕ ਆਹ ਡਿਜ਼ਾਈਨ ਵੇਖੋ ਸਰ, ਕਾਫੀ ਸੋਹਣੀ ਹੈ, ਇੱਕ ਆਹ ਡਿਜ਼ਾਈਨ ਵੇਖੋ, ਇਹ ਵੀ ਕਾਫੀ ਪਿਆਰੀ ਡਿਜ਼ਾਈਨ ਹੈ। ਇਹਦੇ ਵਿੱਚ ਤੁਹਾਨੂੰ 4-4 ਪੀਸਾਂ ਦਾ ਸਰ ਸੈੱਟ ਮਿਲੂਗਾ, ਸਿੰਗਲ ਪੀਸ 'ਚ ਡੀਲ ਨਹੀਂ ਕਰਦੇ, ਤੇ ਜਿਨ੍ਹਾਂ ਨੂੰ ਵੀ ਲੈਣਾ ਹੋਵੇ ਹੋਲਸੇਲ ਦੇ ਵਿੱਚ ਲੈ ਸਕਦੇ ਆ, ਰਿਟੇਲਰ ਵੀ ਲੈ ਸਕਦੇ ਆ, ਉਹ ਵੀ ਉਹਨਾਂ ਨੂੰ ਵੀ ਸੈੱਟ ਵਾਈਜ਼ ਹੀ ਮਿਲਣਾ। ਸੈੱਟ ਵਾਈਜ਼ ਮਿਲੂਗਾ, 4-6-8 ਪੀਸ। ਹਾਂਜੀ ਸਰ। ਤੇ ਇੱਕ ਹੋਰ ਆ ਵੇਖ ਲਓ, ਇਹ ਡੇਲੀ ਵੇਅਰ ਵਾਸਤੇ ਕੁਝ ਕਢਾਈ ਦਾ ਆਈਟਮ ਆਇਆ ਹੈ, ਇਹ ਵੀ ਪਾਕਿਸਤਾਨੀ ਦਾ ਹੀ ਨਵਾਂ ਕਨਸੈਪਟ ਹੈ ਸਰ, ਗ੍ਰੀਨ ਬੋਟਲ, ਗ੍ਰੀਨ ਕਲਰ, ਤੇ ਇੱਕ ਆ ਨਵਾਂ ਪਾਕਿਸਤਾਨੀ ਆਇਆ, ਕਿਉਂਕਿ ਸਰ ਰਮਜ਼ਾਨ ਵਗੈਰਾ ਹੁੰਦਾ ਹੈ ਨਾ, ਈਦ, ਰਮਜ਼ਾਨ, ਤਾਂ ਇਸ ਵਾਸਤੇ ਕੁਝ ਪਾਕਿਸਤਾਨੀ ਕਲੈਕਸ਼ਨ ਵੀ ਰੱਖਣੇ ਪੈਂਦੇ ਆ। ਠੀਕ ਹੈ ਜੀ। ਤੇ ਅੱਜ ਕੱਲ ਤਾਂ ਸਰ ਪੰਜਾਬ ਦੇ ਵਿੱਚ ਵੀ ਪਾਕਿਸਤਾਨੀ ਕਾਫੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ। ਆ ਅੱਜ ਦਾ ਸਰ ਯੂਨੀਕ ਟੌਪ ਆਈਟਮ ਦਿਖਾ ਦੇਣਾ, ਜਿਹੜਾ ਕਿ ਅੱਜ ਹੀ ਆਇਆ ਸੀਗਾ, ਵੇਖ ਸਕਦੇ ਹੋ ਕਲਰ ਕਿੰਨਾ ਪਿਆਰਾ ਹੈ, ਤੇ ਡਿਜ਼ਾਈਨ ਦੀ ਗੱਲ ਕਰਾਂ, ਡਿਜ਼ਾਈਨ ਵੀ ਤੁਸੀਂ ਵੇਖੋਗੇ ਤਾਂ ਕਾਫੀ ਸੋਹਣਾ ਸਟੋਨ ਦੇ ਨਾਲ ਮਿਲ ਜਾਂਦਾ ਹੈ ਨਾ ਸਰ, ਯੂਨੀਕ ਵੈਰਾਈਟੀ। ਤੇ ਆ ਵੇਖੋ ਸਰ, ਇੱਕ ਹੋਰ ਜਿਨ੍ਹਾਂ ਨੂੰ ਡੇਲੀ ਵੇਅਰ ਦੇ ਵਿੱਚ ਕਾਟਨ ਦਾ ਚਾਹੀਦਾ ਹੋਵੇ ਬਟ ਕੁਝ ਹੈਵੀ ਲੁੱਕ ਵਾਲਾ, ਤਾਂ ਆ ਵੀ ਕਾਫੀ ਸੋਹਣਾ ਹੈ ਸਰ। ਤੇ ਇਹਨਾਂ ਦੇ ਨਾਲ ਆ ਵੇਖ ਲਓ ਇੱਕ ਹੋਰ ਪਿਆਰਾ ਜਿਹਾ ਪੀਸ, ਇਹਦੇ ਕਲਰ ਵੀ ਦਿਖਾ ਦਿੰਦੀ ਹਾਂ। ਆ ਵੇਖੋ, ਇਹਦਾ ਇੱਕ ਕਲਰ ਇਹ ਹੈ ਸਰ, ਤੇ ਇਹਦਾ ਇੱਕ ਕਲਰ ਇਹ ਹੈ ਰੈੱਡ ਕਲਰ, ਜਿਹਨੂੰ ਚਾਹੀਦਾ ਹੋਵੇ ਤਾਂ ਲੈ ਸਕਦੇ ਨੇ, ਤਾਂ ਇੱਕ ਕਲਰ ਇਹਦਾ ਇਹ ਹੈ। ਆ ਵੇਖੋ, 4 ਕਲਰ ਨੇ ਵੱਖ ਵੱਖ, ਉਹ ਵੀ ਸਾਰੇ ਦਿਖਾ ਦੇ, ਕੰਪਲੀਟ ਕਾਊਂਟਰ ਤੇ ਤੁਹਾਨੂੰ ਮਿਲ ਜਾਂਦੀ ਹੈ 1000 ਪਲੱਸ ਵੈਰਾਈਟੀਜ਼, ਸਟਾਰਟਿੰਗ 70-80 ਰਹੂਗੀ ਸਰ, ਤੇ ਜੇ ਹਾਈਐਸਟ ਰੇਂਜ ਤੁਹਾਨੂੰ
ਤੁਸੀਂ ਸੋਚ ਰਹੇ ਹੋ, ਦੱਸਿਆ ਨਹੀਂ, ਦੱਸ ਦੇਣੀ ਹੈ 2500 ਰੁਪਏ ਸਰ ਹਾਈਐਸਟ ਰੇਂਜ, 2500 ਮੈਕਸਿਮਮ ਹੈ, ਮੈਕਸਿਮਮ ਸਰ, ਜਿਹੜਾ ਇੱਥੇ 2500 ਰੁਪਏ ਦਾ ਸੂਟ ਹੈ ਸਰ, ਉਹ ਮਾਰਕੀਟ ਦੇ ਵਿੱਚ ਵਿਕਦਾ ਆਰਾਮ ਨਾਲ 5-7000 ਰੁਪਏ ਦਾ, ਠੀਕ ਹੈ ਜੀ, ਡਬਲ ਮੁਨਾਫਾ ਜੀ, ਆਪਾਂ ਇਹਦੇ ਨਾਲ ਕੰਮ ਸ਼ੁਰੂ ਕਰਦੇ ਹਾਂ, ਹਾਂਜੀ ਸਰ, ਡਬਲ ਮੁਨਾਫਾ ਹੈ, ਜਿਨ੍ਹਾਂ ਨੂੰ ਬਿਜ਼ਨਸ ਕਰਨਾ ਹੈ ਉਹ ਕਰ ਸਕਦੇ ਨੇ, ਸਭ ਤੋਂ ਵਧੀਆ ਡੈਸਟੀਨੇਸ਼ਨ ਹੈ ਅਜਮੇਰਾ ਫੈਸ਼ਨ, ਜਿਹਦੇ ਨਾਲ ਜੁੜ ਕੇ ਨਵਾਂ ਬਿਜ਼ਨਸ ਸ਼ੁਰੂ ਕੀਤਾ ਜਾਂਦਾ ਹੈ, ਇਹਦੇ ਨਾਲ ਆਪਣੇ ਕੋਲ ਹੋਰ ਵੀ ਬਥੇਰੇ ਪ੍ਰੋਡਕਟਸ ਨੇ ਜਿਹੜਾ ਕਿ ਅੱਗੇ ਦਿਖਾਵਾਂਗੇ ਜੀ, ਆ ਜਾਓ ਮੈਮ। ਮੈਮ ਹੁਣ ਆਪਾਂ ਕੁੜਤੀ ਸੈਕਸ਼ਨ ਦੇ ਵਿੱਚ ਆ ਗਏ, ਹਾਂਜੀ ਸਰ, ਇਹ ਹੈ ਆਪਣਾ ਕੁੜਤੀਆਂ ਦਾ ਸੈਕਸ਼ਨ ਜਿੱਥੇ ਆਪਾਂ ਨੂੰ ਮਿਲ ਜਾਂਦੀ ਹੈ ਕੁੜਤੀ 49 ਰੁਪੀਸ ਦੇ ਨਾਲ, ਜਿਵੇਂ ਵੇਖੋ ਕਲੈਕਸ਼ਨ, ਆ ਵੇਖੋ ਕਾਫੀ ਪਿਆਰੀ ਜੀ ਕੁੜਤੀ ਹੈ, 3 ਪੀਸ ਦਾ ਕੰਪਲੀਟ ਸੈੱਟ ਮਿਲੂਗਾ, ਇਹਦੇ ਵਿੱਚ ਤੁਹਾਨੂੰ ਹੋਰ ਕਲਰਸ ਮਿਲ ਜਾਣਗੇ, ਸਟਾਰਟਿੰਗ 49, ਹਾਂਜੀ ਸਰ 49 ਰੁਪੀਸ, ਤੇ 2-2500 ਤੱਕ ਦੇ ਕਲੈਕਸ਼ਨ ਮਿਲ ਜਾਂਦੇ ਨੇ, ਕਲਰ ਡਿਜ਼ਾਈਨ ਵੇਖ ਸਕਦੇ ਹੋ ਸਾਰੇ ਦੇ ਸਾਰੇ ਡਿਫਰੈਂਟ ਨੇ, ਤੇ ਇਹਨਾਂ ਦੇ ਨਾਲ ਕੰਪਲੀਟ 3 ਪੀਸ ਸੈੱਟ, ਸਿੰਗਲ ਕੁੜਤੀ ਦਾ ਵੀ ਬੰਚ ਮਿਲੂਗਾ ਸਰ, ਸਾਰੇ ਦੇ ਸਾਰੇ ਸੈੱਟ ਵਾਈਜ਼ ਕਲੈਕਸ਼ਨ ਮਿਲਣਗੇ, ਸਿੰਗਲ ਪੀਸ ਨਹੀਂ ਮਿਲਦਾ, ਸਿੰਗਲ ਪੀਸ ਨਹੀਂ, ਨਹੀਂ ਸਰ, ਜਿਹੜਾ ਹੋਲਸੇਲਰ ਹੋਵੇ ਭਾਵੇਂ ਰੀਟੇਲਰ ਹੋਵੇ ਦੋਵੇਂ ਲੈ ਕੇ ਜਾ ਸਕਦੇ ਨੇ, ਆਹ ਵੇਖੋ ਸਰ ਇੱਕ ਨਵਾਂ ਡਿਜ਼ਾਈਨ ਆਇਆ, ਬਹੁਤ ਹੀ ਪਿਆਰਾ ਡਿਜ਼ਾਈਨ, ਹਾਂਜੀ ਸਰ, ਇਹ ਹੈ ਆਪਣਾ ਬਿਊਟੀ ਕਲਰ ਡਿਜ਼ਾਈਨ, ਕੰਪਲੀਟ ਹੈਂਡਵਰਕ ਦੇ ਟੱਚ ਅਪ ਦੇ ਨਾਲ, ਮਸਲੀਨ ਪਿਓਰ ਫੈਬਰਿਕ ਮਿਲੂਗਾ ਸਰ, ਤੇ ਆਹ ਵੇਖੋ ਇਹਦਾ ਵੀ ਮਸਲੀਨ ਦਾ ਹੀ ਬਾਟਮ ਹੈ ਤੇ ਮਸਲੀਨ ਦਾ ਹੀ ਦੁਪੱਟਾ ਹੈ ਕੰਪਲੀਟ, ਹਾਂਜੀ ਸਰ, ਤੇ ਇੱਕ ਹੋਰ ਤੁਹਾਨੂੰ ਦਿਖਾ ਦੇਣੇ, ਆਹ ਵੇਖੋ ਚਿਕਨਕਾਰੀ, ਜਿਹੜਾ ਕਿ ਅੱਜ ਕੱਲ੍ਹ ਲਖਨਊ ਦੇ ਜਿਹੜੀ ਚਿਕਨਕਾਰੀ ਹੈ ਸਭ ਤੋਂ ਜ਼ਿਆਦਾ ਫੇਮਸ ਹੈ ਜੀ, ਆਹ ਵੇਖੋ ਕੰਪਲੀਟ ਚਿਕਨਕਾਰੀ ਹੈ, ਤੇ ਦੁਪੱਟਾ ਬਾਟਮ ਵੀ ਇਹਦਾ ਕੰਪਲੀਟ ਚਿਕਨਕਾਰੀ ਦੇ ਨਾਲ ਹੀ ਮਿਲ ਜਾਂਦਾ ਹੈ। ਇੱਕ ਤੁਹਾਨੂੰ ਸਰ ਐਂਟੀਕ ਪੀਸ ਦਿਖਾ ਦਿੰਦੇ ਹਾਂ, ਆਹ ਵੇਖੋ ਸਾਡਾ ਜਿਹੜਾ ਨਵਾਂ ਟ੍ਰੈਂਡਿੰਗ ਪੀਸ ਹੈ, ਫੁੱਲ ਗਾਊਨ ਮਿਲੂਗਾ ਤੁਹਾਨੂੰ, ਵੇਖ ਸਕਦੇ ਹੋ ਫੁੱਲ ਲੈਂਥ ਦਾ, ਸਾਈਜ਼ਸ ਮਿਲ ਜਾਂਦੇ ਨੇ ਸਾਰੇ, ਸਮਾਲ ਤੋਂ ਲੈ ਕੇ ਡਬਲ ਐਕਸਲ ਤੱਕ ਦੇ, ਕਲਰ ਤੁਸੀਂ ਵੇਖ ਰਹੇ ਹੋ ਇਹ ਮੀਡੀਅਮ ਸਾਈਜ਼ ਦਾ ਗਾਊਨ ਹੈ ਜੀ, ਡਿਜ਼ਾਈਨ ਸਾਰੇ ਡਿਫਰੈਂਟ ਮਿਲਣਗੇ, ਤੇ ਇਹਦੇ ਨਾਲ ਬਨਾਰਸੀ ਦੁਪੱਟਾ ਮਿਲਦਾ ਹੈ ਸਰ, ਦੁਪੱਟੇ ਦੀ ਰੇਂਜ ਦੇ ਵਿੱਚ ਗਾਊਨ ਮਿਲ ਰਿਹਾ ਜੀ, ਹਾਂਜੀ ਸਰ, ਤੇ ਇਹਦੇ ਕਲਰ ਤੁਸੀਂ ਵੇਖ ਸਕਦੇ ਹੋ, ਆਹ ਵੇਖੋ ਡਿਜ਼ਾਈਨ ਸਾਰੇ ਡਿਫਰੈਂਟ ਨੇ, ਕਲਰ ਵੀ ਸਾਰੇ ਡਿਫਰੈਂਟ ਨੇ, 6 ਪੀਸ ਦਾ ਕੰਪਲੀਟ ਸੈੱਟ ਆਊਗਾ ਜੀ, ਹਾਂਜੀ ਸਰ, ਸਾਰਿਆਂ ਦੇ ਅਲੱਗ ਅਲੱਗ ਡਿਜ਼ਾਈਨ, ਅਲੱਗ ਅਲੱਗ ਕਲਰ ਨੇ, ਹਾਂਜੀ ਸਰ, ਤੇ ਬੰਡਲ ਮਿਲੂਗਾ ਮਤਲਬ, ਹਾਂਜੀ ਸਰ, ਪੂਰਾ ਬੰਚ ਮਿਲੂਗਾ ਜਿਵੇਂ ਕਿ ਇਹ ਬੰਚ ਹੈ, ਤੇ ਬਾਕੀ ਸਰ ਕਲੈਕਸ਼ਨ ਤਾਂ ਕੋਈ ਘੱਟ ਹੀ ਹੈ ਨਹੀਂ, 1000+ ਵੈਰਾਈਟੀਜ਼ ਮਿਲ ਜਾਂਦੇ ਨੇ, ਜਿਨ੍ਹਾਂ ਦੇ ਨਾਲ ਕਿ ਸਰ ਅੱਜ ਜਿਹੜੀ ਲੇਡੀਜ਼ਾਂ ਨੇ ਉਹ ਸਭ ਤੋਂ ਜ਼ਿਆਦਾ ਅਜਮੇਰਾ ਫੈਸ਼ਨ ਦੇ ਨਾਲ ਜੁੜ ਕੇ ਕੰਮ ਕਰਦੇ ਨੇ, ਘਰ ਤੋਂ ਕੰਮ ਕਰਦੇ ਨੇ, ਤੇ ਸਰ ਦੱਸਾਂ ਨਾ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ, 10000+ ਲੇਡੀਜ਼ ਨੇ ਜਿਹੜੀ ਅਜਮੇਰਾ ਫੈਸ਼ਨ ਦੇ ਨਾਲ ਜੁੜੇ ਹੋਏ ਨੇ, ਚੰਗੀ ਇਨਕਮ ਕਰ ਰਹੀਆਂ, ਨਾਲੇ ਆਪਣਾ ਬਿਜ਼ਨਸ, ਵਧੀਆ ਇਨਕਮ ਸਰ, ਵਧੀਆ ਇਨਕਮ, ਮਤਲਬ ਲੇਡੀਜ਼ ਲਈ ਇੱਕ ਬਹੁਤ ਵੱਡਾ, ਲੇਡੀਜ਼ ਇੰਪਾਵਰਮੈਂਟ ਲਈ, ਹਾਂਜੀ ਸਰ, ਬਹੁਤ ਵਧੀਆ ਇੱਕ ਅਜਮੇਰਾ ਫੈਸ਼ਨ ਦਾ ਫਾਲਾ, ਕਿਉਂਕਿ ਅਜਮੇਰਾ ਫੈਸ਼ਨ ਦਾ ਮੇਨ ਮੋਟੋ ਹੈ ਕਿ ਜਿਹੜੇ ਵੀ ਮੇਰੇ ਭੈਣ ਭਰਾ ਨੇ ਜਿਹੜੇ ਬੈਠੇ ਹੋਏ ਨੇ, ਭਾਵੇਂ ਉਹ ਸਟੂਡੈਂਟ ਸੀ ਕਿਉਂ ਨਾ ਹੋਣ, ਉਹ ਸਾਰੇ ਆਪਣਾ ਰੋਜ਼ਗਾਰ ਆਪ ਕਰ ਸਕਣ, ਇੱਕ ਬਿਜ਼ਨਸ ਕਰ ਸਕਣ, ਕਿ ਉਹਨਾਂ ਨੂੰ ਐਵੇਂ ਨਹੀਂ ਕਿ ਅੱਜ ਕੋਈ ਨੌਕਰੀ ਮਿਲੂਗੀ ਨਹੀਂ ਮਿਲੂਗੀ, ਉਹ ਪਰੇਸ਼ਾਨ ਨਾ ਹੋਣ, ਤਾਂ ਕਰਕੇ ਸਟਾਰਟਅਪ ਵਾਸਤੇ ਉਹਨਾਂ ਨੂੰ ਇਹ ਸਟੈਂਡ ਦਿੱਤਾ ਗਿਆ ਹੈ, ਜਿਹਦੇ ਵਿੱਚ 20-25000 ਰੁਪਏ ਲਾ ਕੇ ਬਿਜ਼ਨਸ ਸ਼ੁਰੂ ਕਰ ਸਕਦੇ ਨੇ। ਕੀ ਬਾਤ ਹੈ ਜੀ, ਲਓ ਵੀ ਮਿੱਤਰੋ ਧਿਆਨ ਨਾਲ ਸੁਣ ਲਓ, ਬਿਲਕੁਲ ਅਖੀਰ ਤੇ ਸਾਰੀ ਆਪਾਂ ਗੱਲਬਾਤ ਡਿਸਕਸ ਕਰਾਂਗੇ ਵੀ ਕਿਵੇਂ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ, ਸਿਰਫ 20-25000 ਨਾਲ ਸਟਾਰਟਅਪ ਹੋ ਸਕਦਾ ਹੈ। ਹਾਂਜੀ ਸਰ, ਲਓ ਵੀ ਦੋਸਤੋ ਬੱਚਿਆਂ ਦੇ ਸੈਕਸ਼ਨ ਦੇ ਵਿੱਚ ਆ ਗਏ, ਹਾਂਜੀ ਮੈਮ, ਹਾਂਜੀ ਸਰ, ਇੱਥੇ ਤੁਹਾਨੂੰ ਮਿਲ ਜਾਂਦੇ ਨੇ ਬੋਰਨ ਬੇਬੀ ਤੋਂ ਲੈ ਕੇ 13 ਸਾਲਾਂ ਤੱਕ ਦੇ ਬੱਚਿਆਂ ਦੇ ਕੱਪੜੇ, ਕੰਪਲੀਟ ਕੋਂਬੋ ਸੈੱਟ ਵੀ ਤੁਸੀਂ ਲੈ ਸਕਦੇ ਹੋ, ਜਿਸ ਤਰ੍ਹਾਂ ਦੇ ਮੈਂ ਤੁਹਾਨੂੰ ਦਿਖਾ ਰਹੀ ਹਾਂ, ਇਹਦੇ ਨਾਲ ਟੀ ਸ਼ਰਟ ਮਿਲੂਗੀ, ਨਾਲੇ ਤੁਹਾਨੂੰ ਮਿਲ ਜਾਂਦੀ ਹੈ ਡੈਨਿਮ ਦੀ ਜੀਨਸ, ਆ ਵੇਖੋ ਇਹ ਸਾਰੇ ਬੇਬੀ ਬੋਏ ਦੇ ਕੰਪਲੀਟ ਕਲੈਕਸ਼ਨ, ਤੇ ਜੇ ਤੁਹਾਨੂੰ ਚਾਹੀਦੇ ਹੋਵੇ ਕੁਝ ਇਸ ਟਾਈਪ ਦੇ ਬੰਚ, ਤਾਂ ਇਹ ਜੀਨਸ ਹੈਗੀਆਂ ਜੀ, ਸਾਈਜ਼ਸ ਮਿਲ ਜਾਣਗੇ ਬੱਚਿਆਂ ਦੇ, 4 ਸਾਲ 5 ਸਾਲ 6 ਸਾਲ 7 ਸਾਲ, ਇਹ ਕੰਪਲੀਟ ਕਲਰ ਤੁਸੀਂ ਵੇਖ ਰਹੇ ਹੋ, ਇਹਨਾਂ ਦੇ ਨਾਲ ਸ਼ਰਟ ਦੇ ਵੀ ਤੁਹਾਨੂੰ ਕੋਂਬੋ ਮਿਲਣਗੇ। ਇਹ ਤਾਂ ਹੋਈ ਸਰ ਬੇਬੀ ਬੋਏ ਦੀ ਗੱਲ, ਆਹ ਵੇਖੋ ਹੁਣ ਕੁੜੀਆਂ ਦੇ ਕੱਪੜੇ ਦੇਖ ਲੈਂਦੇ ਹਾਂ, ਇਹ ਬੇਬੀ ਗਰਲ ਦੇ ਕਲੈਕਸ਼ਨਸ ਨੇ, ਜਿਹਦੇ ਵਿੱਚ ਵੀ ਤੁਹਾਨੂੰ ਬੋਰਨ ਬੇਬੀ ਤੋਂ ਲੈ ਕੇ 13-14 ਸਾਲ ਤੱਕ ਦੇ ਮਿਲ ਜਾਂਦੇ ਨੇ, ਤੇ ਨਾਲੇ ਜੇ ਕਿਸੇ ਬੰਦੇ ਨੂੰ ਫਰੈਂਚਾਈਜ਼ੀ ਚਾਹੀਦੀ ਹੋਵੇ ਅਜਮੇਰਾ ਫੈਸ਼ਨ ਦੀ, ਤਾਂ ਉਹ ਵੀ ਆਪਣੇ ਕੋਲ ਮਿਲ ਜਾਂਦੀ ਹੈ, ਅਜਮੇਰਾ ਟ੍ਰੈਂਡਸ ਦੇ ਨਾਂ ਤੋਂ ਫਰੈਂਚਾਈਜ਼ੀ ਮਿਲਦੀ ਹੈ, ਹਾਲੇ ਤੱਕ ਆਪਣੇ 30 ਫਰੈਂਚਾਈਜ਼ੀ ਓਪਨ ਹੋ ਚੁੱਕੇ ਨੇ ਸਰ, ਤੇ ਨਾਲੇ ਹੁਣ 14 ਫਰੈਂਚਾਈਜ਼ੀ ਆਪਣੀ ਪ੍ਰੋਸੈਸਿੰਗ ਦੇ ਵਿੱਚ ਆ, ਤੇ ਜਿਹੜੇ ਆਪਣੇ ਕਿਡਸ ਵੇਅਰ ਨੇ ਇਹਨਾਂ ਤੇ ਆ ਜਾਈਏ ਹੁਣ ਵਾਪਸ ਤੋਂ, ਜਿਹੜੇ ਆਪਣੇ ਕਿਡਸ ਵੇਅਰ ਦਾ ਕਲੈਕਸ਼ਨ ਹੈ ਸਰ, ਉਹ 14 ਰੁਪੀਸ ਦੇ ਨਾਲ ਸਟਾਰਟ ਹੋ ਜਾਂਦਾ ਹੈ, 14 ਰੁਪਏ ਸਿਰਫ ਔਰ ਸਿਰਫ 14 ਰੁਪੀਸ ਦੇ ਨਾਲ ਮਿਲੂਗਾ ਜੀ ਕਲੈਕਸ਼ਨ ਕੰਪਲੀਟ ਸੈੱਟ ਵਾਈਜ਼, ਭਾਵੇਂ ਤੁਸੀਂ ਹੋਲਸੇਲਰ ਹੋ ਭਾਵੇਂ ਰੀਟੇਲਰ ਹੋ, ਦੋਵਾਂ ਨੂੰ ਹੀ ਇੱਕੋ ਪ੍ਰਾਈਸ 'ਚ ਅਜਮੇਰਾ ਫੈਸ਼ਨ ਦਿੰਦਾ ਹੈ ਸਰ।
ਹਾਂਜੀ ਸਰ, ਤੇ ਇਹਨਾਂ ਦੇ ਵਿੱਚ ਤੁਹਾਨੂੰ ਮੈਕਸੀਮਮ ਰੇਂਜ ਮਿਲੂਗੀ 1000 ਰੁਪੀਜ਼, ਜਿਨ੍ਹਾਂ ਵਿੱਚ ਤੁਹਾਨੂੰ ਪਾਰਟੀ ਵੇਅਰ ਕਲੈਕਸ਼ਨ ਮਿਲ ਜਾਂਦੇ ਨੇ, ਜਿਹੜੇ ਬੱਚਿਆਂ ਦੀ ਸ਼ੇਰਵਾਨੀ ਆਉਂਦੀ ਹੈ ਸਰ, ਗਾਊਨ ਵਗੈਰਾ ਦੇ। ਹਾਂਜੀ ਸਰ, ਆ ਵੇਖੋ ਇੱਕ ਦੋਸਤ ਵੀ 14 ਰੁਪਏ ਦਾ ਕਹਿੰਦਾ ਰੁਮਾਲ ਨਹੀਂ ਮਿਲਦੀ ਪੰਜਾਬ 'ਚ, ਤਾਂ 14 ਰੁਪਏ ਜੇ ਸੂਟ ਦੇ ਰਹੇ ਨੇ, ਤੇ ਅੱਗੇ ਤੁਸੀਂ ਕੁਆਲਿਟੀ ਵੀ ਦੇਖ ਸਕਦੇ ਹੋ। ਮੈਮ ਇੱਕ ਚੀਜ਼ ਇੱਥੇ ਪੁੱਛਣੀ ਸੀ, ਜਿਵੇਂ ਬੱਚਿਆਂ ਦੇ ਕੱਪੜੇ ਹੈਗੇ, ਕਲਰ ਵਗੈਰਾ ਆ ਗਿਆ, ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਕੁਆਲਿਟੀ? ਨਹੀਂ ਸਰ, ਜਿਹੜੇ ਕਿ ਤੁਸੀਂ ਆਹ ਵੇਖ ਰਹੇ ਹੋ, ਭਾਵੇਂ ਤੁਸੀਂ ਆਹ ਵੇਖ ਲਓ ਸਰ, ਆਪਣੇ ਕਹਿੰਦੇ ਨੇ ਕਿ ਡਾਰਕ ਕਲਰ ਦਾ ਕਲਰ ਨਿਕਲ ਜਾਂਦਾ ਹੈ, ਕਲਰ ਫੇਡ ਹੋ ਜਾਂਦਾ ਹੈ, ਫੁੱਲ ਗਾਰੰਟੀ ਹੈ ਸਰ, ਨਾ ਤਾਂ ਕਲਰ ਫੇਡ ਹੋਊਗਾ ਨਾ ਹੀ ਕੱਪੜਾ ਸ਼੍ਰਿੰਕ ਹੋਊਗਾ, ਕੱਪੜੇ ਸ਼੍ਰਿੰਕ ਨਹੀਂ ਹੁੰਦੇ, ਕੋਈ ਵੀ ਨਹੀਂ ਹੁੰਦਾ ਸਰ, ਭਾਵੇਂ ਤੁਸੀਂ ਕੁੜਤੀ ਲੈ ਲਿਓ, ਭਾਵੇਂ ਕਿਡਸ ਵੇਅਰ ਲੈ ਲਿਓ, ਕਿਹੜਾ ਮਰਜ਼ੀ ਪ੍ਰੋਡਕਟ ਲੈ ਲਿਓ, ਜੋ ਮੇਰਾ ਫੈਸ਼ਨ ਤੋਂ ਕੋਈ ਪ੍ਰੋਡਕਟ ਲੈ ਲਿਆ ਉਹਦੀ ਪ੍ਰੋਬਲਮ ਨਹੀਂ ਰਹੂਗੀ? ਨਹੀਂ ਸਰ, ਕੋਈ ਪ੍ਰੋਬਲਮ ਨਹੀਂ ਜੀ। ਆਹ ਵੇਖੋ ਸਰ ਕਲੈਕਸ਼ਨ, ਵੇਖੋ ਤੁਸੀਂ ਕਿੰਨੇ ਪਿਆਰੇ ਪਿਆਰੇ ਨੇ, ਸਾਰੇ ਸੋਹਣੇ ਸੋਹਣੇ ਕਲੈਕਸ਼ਨਸ ਨੇ ਜੀ, ਜਿਨ੍ਹਾਂ ਦੇ ਵਿੱਚ ਜਿਹੜੇ ਕਲੈਕਸ਼ਨ ਮਿਲਦੇ ਨਾ ਸਰ, ਉਹ ਪੂਰੇ ਸੂਰਤ ਦੇ ਵਿੱਚ ਕੋਈ ਨਹੀਂ ਦਿੰਦਾ ਇਹੋ ਜਿਹੇ ਕਲੈਕਸ਼ਨ, ਅਜਮੇਰਾ ਫੈਸ਼ਨ ਦਿੰਦਾ ਹੈ ਜਿਹੜਾ ਕਿਤੇ ਮਿਲਣਾ ਹੀ ਨਹੀਂ, ਤੇ ਇਹੋ ਜਿਹੀ ਰੇਂਜ, ਮਤਲਬ ਆਪਾਂ ਕਹਿੰਦੇ ਸਰ ਰੇਂਜ ਵਾਈਜ਼ ਬੈਸਟ ਕੁਆਲਿਟੀ ਮਿਲ ਜੇ, ਉਹ ਤਾਂ ਫਿਰ ਵਨ ਸਟਾਪ ਡੈਸਟੀਨੇਸ਼ਨ ਅਜਮੇਰਾ ਫੈਸ਼ਨ, ਅਜਮੇਰਾ ਫੈਸ਼ਨ। ਹਾਂਜੀ ਸਰ, ਤੇ ਆਹ ਵੇਖੋ ਸਰ ਕੁਝ ਆਪਣੇ ਕੋਲ ਕੁੜੀਆਂ ਦੇ ਵੀ ਕਲੈਕਸ਼ਨ ਨੇ, ਜਿਵੇਂ ਕਿ ਆ ਤੁਸੀਂ ਫਰੋਕ ਵੇਖ ਰਹੇ ਹੋ, ਮਾਰਕੀਟ ਦੇ ਵਿੱਚ ਇਹਨਾਂ ਦੀ ਵੈਲਿਊ ਹੁੰਦੀ ਹੈ ਸਰ 400-500 ਰੁਪਏ, ਬਟ ਤੁਹਾਨੂੰ ਇੱਥੇ ਕਿਡਸ ਵੇਅਰ ਮਿਲ ਜਾਂਦਾ 14 ਰੁਪੀਸ ਦੇ ਨਾਲ, 14 ਰੁਪਏ ਤੋਂ। ਹਾਂਜੀ ਸਰ, 14 ਰੁਪਏ ਦੇ ਨਾਲ ਇਹ ਤੁਹਾਨੂੰ ਅੰਡਰ ਮਿਲ ਜੂਗਾ ਸਰ 100-200, ਜਿਨ੍ਹਾਂ ਦੇ ਵਿੱਚ ਕੋਈ ਵੀ ਨਹੀਂ ਦਿੰਦਾ, ਤੇ ਇਹਨਾਂ ਦੇ ਕੋਈ ਖਰਾਬੀ ਨਹੀਂ ਹੁੰਦੀ ਸਰ, ਐਵੇਂ ਕਈ ਵਾਰ ਕਹਿੰਦੇ ਨੈਟ ਹੈਗਾ ਫਟ ਜੂਗਾ, ਕੁਝ ਨਹੀਂ ਹੁੰਦਾ ਸਰ, ਕੁਆਲਿਟੀ ਵਾਈਜ਼ ਸਰ ਕੰਪਰੋਮਾਈਜ਼ ਨਹੀਂ ਕਰਦੇ ਅਸੀਂ, ਕਿਉਂਕਿ ਕੁਆਲਿਟੀ ਸਭ ਤੋਂ ਵਧੀਆ ਹੋਊਗੀ ਤਾਂ ਹੀ ਕਸਟਮਰ ਰਿਪੀਟ ਆਣਗੇ ਸਰ। ਤੇ ਆਹ ਇੱਕ ਲਾਸਟ ਪੀਸ ਸਰ ਵੇਖ ਲਓ ਕਿੰਨਾ ਪਿਆਰਾ ਹੈ, ਇਹ ਹੈ ਜੀ ਕ੍ਰੋਪ ਟੌਪ, ਪਹਿਲਾਂ ਤਾਂ ਆਪਣੇ ਵੱਡਿਆਂ ਦੇ ਆਉਂਦੇ ਸੀਗੇ, ਹੁਣ ਬੱਚਿਆਂ ਦੇ ਵੀ ਆਉਣ ਲੱਗੇ ਨੇ। ਹਾਂਜੀ ਸਰ, ਬੱਚਿਆਂ ਦੇ ਵੀ ਸ਼ਰਾਰੇ ਵਾਲੇ ਪੈਟਰਨ ਵੀ ਨੇ ਸਰ ਆਪਣੇ ਕੋਲ, ਆਲ ਓਵਰ ਵੈਰਾਈਟੀ ਕਿਡਸ ਵੇਅਰ ਦੀ ਮਿਲ ਜਾਂਦੀ ਹੈ ਸਰ ਤੁਹਾਨੂੰ ਅਜਮੇਰਾ ਫੈਸ਼ਨ ਦੇ ਵਿੱਚ ਜੀ। ਦੋਸਤੋ ਜਿੰਨੇ ਤੇ ਕਿਰਾਏ ਤੇ ਲਹਿੰਗੇ ਲੈਣੇ ਨਾ, ਉਹਦੇ ਹਾਫ ਰੇਟ ਤੇ ਤੁਹਾਨੂੰ ਨਵੇਂ ਲਹਿੰਗੇ ਮਿਲ ਜਾਣਗੇ, ਤੇ ਜਿਹੜੇ ਤੁਸੀਂ ਆਪਦੀ ਯਾਦਾਂ ਲਈ ਘਰੇ ਵੀ ਰੱਖ ਸਕਦੇ ਹੋ, ਤੇ ਮੈਮ ਬਾਕੀ ਸੱਚ ਹੈ ਵੀ ਇੰਨਾ ਰੇਟ ਘੱਟ? ਹਾਂਜੀ ਸਰ, ਬਿਲਕੁਲ ਸੱਚ ਆ, ਆਪਣੇ ਇੱਥੇ ਬ੍ਰਾਈਡਲ ਲਹਿੰਗੇ 2000 ਰੁਪਏ ਦੇ ਨਾਲ ਮਿਲ ਜਾਂਦੇ ਨੇ, ਤੇ ਸੈਮੀ ਬ੍ਰਾਈਡਲ 680 ਰੁਪਏ ਦੇ ਨਾਲ ਜੀ, ਜਿਵੇਂ ਕਿ ਆ ਲਹਿੰਗਾ ਦਿਖਾ ਦੇਣਾ ਤੁਸੀਂ, ਆ ਦੇਖੋ ਲਹਿੰਗਾ ਵੇਖੋ ਇੱਕ ਵਾਰੀ, ਫੁੱਲ ਫਲੇਅਰ ਦੇ ਨਾਲ ਮਿਲ ਜਾਂਦਾ ਹੈ ਤੁਹਾਨੂੰ, ਕਾਫੀ ਪ੍ਰੀਟੀ ਲਹਿੰਗਾ ਹੈ, ਮਹਿੰਦੀ ਵਾਸਤੇ ਤਾਂ ਕਾਫੀ ਸੋਹਣਾ ਹੈ ਜੀ, ਇਹਦੇ ਨਾਲ ਤੁਹਾਨੂੰ ਹੋਰ ਕਲਰ ਮਿਲੂਗਾ, ਆਹ ਵੇਖੋ ਇੱਕ ਹੋਰ ਬਿਊਟੀ ਕਨਸੈਪਟ ਦਾ ਲਹਿੰਗਾ, ਕਾਫੀ ਪਿਆਰਾ ਜਿਹਾ ਡਿਜ਼ਾਈਨ ਹੈ, ਡਿਜ਼ਾਈਨਰ ਪੀਸਸ ਨੇ ਸਾਰੇ ਦੇ ਸਾਰੇ, ਔਰ ਸਰ ਇਹਨਾਂ ਦੀ ਕਾਪੀ ਨਹੀਂ ਮਿਲੂਗੀ ਤੁਹਾਨੂੰ ਕਿਤੇ ਵੀ, ਸਾਰੇ ਐਂਟੀਕ ਪੀਸ ਨੇ, ਠੀਕ ਹੈ ਜੀ, ਕਿਤੇ ਵੀ ਕਾਪੀ ਨਹੀਂ ਮਿਲਦੀ ਸਰ, ਤੇ ਆਹ ਵੇਖੋ ਇੱਕ ਜਿੰਮੀ ਚੋ ਫੈਬਰਿਕ ਤੇ, ਅੱਜ ਕੱਲ੍ਹ ਜਿੰਮੀ ਚੋ ਕਾਫੀ ਜ਼ਿਆਦਾ ਚੱਲੀ ਜਾਂਦਾ ਹੈ, ਜਿੰਮੀ ਚੋ ਤੇ ਸੈਮੀ ਬ੍ਰਾਈਡਲ ਲਹਿੰਗਾ ਜੀ। ਹਾਂਜੀ ਸਰ, ਪੰਜਾਬ 'ਚ ਵੱਡੇ ਵੱਡੇ ਸਿੰਗਰਾਂ ਦੇ ਜਦੋਂ ਮੈਰਿਜ ਹੁੰਦੇ ਨੇ, ਉਹਨਾਂ ਨੇ ਵਾਈਫ ਦੇ ਇਸ ਤਰ੍ਹਾਂ ਦੇ ਬਣਾਏ, ਇਸੇ ਟਾਈਪ ਦੇ ਹੀ ਪਾਉਂਦੇ ਆ ਸਰ, ਤੇ ਇੱਥੋਂ ਨਾਲ ਸਰ ਰੈਂਟਲ ਬਿਜ਼ਨਸ ਵੀ ਸਟਾਰਟ ਕੀਤਾ ਜਾ ਸਕਦਾ ਹੈ, ਜਿਵੇਂ ਕਿ ਅਸੀਂ ਲਹਿੰਗੇ ਤੁਹਾਨੂੰ ਦੇ ਰਹੇ ਹਾਂ 680 ਰੁਪਏ ਦੇ ਨਾਲ ਸੈਮੀ ਬ੍ਰਾਈਡਲ ਜੀ, ਉਹਨੂੰ ਤੁਸੀਂ ਆਰਾਮ ਨਾਲ ਜਿੱਥੇ ਰੈਂਟ ਤੇ ਦਿਓਗੇ ਤਾਂ 5-6 ਵਾਰੀ ਰੈਂਟ ਤੇ ਦਿਓਗੇ ਨਾ, ਤੁਹਾਡੇ ਲਹਿੰਗੇ ਦਾ 500% ਮੁਨਾਫਾ ਤਾਂ ਇੱਕ ਰੈਂਟ ਤੇ ਆ ਜਾਂਦਾ, ਇੱਕ ਰੈਂਟ ਤੇ, ਇੱਕ ਰੈਂਟ ਤੇ ਸਰ 680 ਰੁਪਏ ਦੇ ਨਾਲ ਲੈ ਕੇ ਜਾਓ, 2000 ਰੁਪਏ ਦੇ ਨਾਲ ਰੈਂਟ ਤੇ ਦਿਓ ਆਰਾਮ ਨਾਲ ਜੀ, ਜਿਹੜਾ ਲਹਿੰਗਾ ਤੁਸੀਂ 2000 ਰੁਪਏ ਦੇ ਨਾਲ ਪਰਚੇਸ ਕਰ ਰਹੇ ਹੋ ਆਪਣਾ ਬ੍ਰਾਈਡਲ ਦਾ, ਉਹਨੂੰ ਤੁਸੀਂ ਆਰਾਮ ਨਾਲ 5000 ਰੁਪਏ ਦੇ ਵਿੱਚ ਦੇ ਸਕਦੇ ਹੋ। ਬਿਲਕੁਲ ਜੀ, ਬਿਲਕੁਲ। ਹਾਂਜੀ ਸਰ, ਆਹ ਵੇਖੋ ਸਰ ਇੱਕ ਸੈਲੀਬ੍ਰਿਟੀ ਪੈਟਰਨ, ਉਹ ਵੀ ਬ੍ਰਾਈਡਲ ਕਨਸੈਪਟ, ਜਿਵੇਂ ਕਿ ਅੱਜ ਕੱਲ੍ਹ ਦੀਪਿਕਾ ਪਾਦੂਕੋਣ ਹੋ ਗਏ ਸਰ, ਤੇ ਇੱਕ ਹੋਰ ਹੈ ਜਿਹੜਾ ਕਿਆਰਾ ਹੈਗਾ, ਉਹ ਸਾਰੇ ਇਹੋ ਟਾਈਪ ਦੇ ਲਹਿੰਗੇ ਵੇਅਰ ਕੀਤੇ ਨੇ ਉਹਨਾਂ ਨੇ, ਕਾਫੀ ਡਿਮਾਂਡ ਆਈ ਸੀ ਸਰ ਆਪਣੇ ਕੋਲ ਹੋਲਸੇਲਰਸ ਦੀ ਕਿ ਇਹੋ ਜਿਹਾ ਕੁਝ ਕਨਸੈਪਟ ਲੈ ਕੇ ਆਓ, ਤਾਂ ਆਹ ਵੇਖੋ ਸਰ, ਉਹ ਵੀ ਸਾਰੇ ਕਨਸੈਪਟ ਆਪਣੇ ਕੋਲ ਮਿਲ ਰਹੇ ਹਨ, ਤੇ ਆਹ ਵੇਖੋ ਕਿੰਨਾ ਪਿਆਰਾ ਕਲਰ ਹੈ, ਕਾਫੀ ਸੋਹਣਾ ਜਿਹਾ ਡਿਜ਼ਾਈਨ ਹੈ ਸਰ, ਫੁੱਲ ਫਲੇਅਰ ਮਿਲੂਗਾ 11 ਮੀਟਰ 16 ਮੀਟਰ, ਕੀ ਬਾਤ ਹੈ, ਆਹ ਵੇਖੋ ਸਰ ਕੰਪਲੀਟ ਫਲੇਅਰ ਤੁਸੀਂ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਹੈਗਾ ਜੀ, ਤੇ ਡਿਜ਼ਾਈਨ ਇਹਦੇ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਪੇਚ ਵਰਕ, ਕੰਪਲੀਟ ਤੇ ਪੇਚ ਵਰਕ ਹੈ ਸਰ, ਸਟੋਨ ਵਰਕ ਦੇ ਨਾਲ ਮਿਲ ਜਾਂਦਾ ਹੈ, ਜਰਦੋਸ਼ੀ ਵਰਕ ਦਾ ਟੱਚ ਅਪ ਦਿੱਤਾ ਹੋਇਆ ਹੈ, ਤੇ ਆਹ ਵੇਖੋਗੇ ਤਾਂ ਇੱਕ ਹੋਰ ਪਿਆਰਾ ਜਿਹਾ ਲਹਿੰਗਾ ਹੈ,
ਸੋਬਰ ਲਹਿੰਗਾ, ਲਾਈਟ ਵੇਟ ਲਹਿੰਗਾ ਹੈ ਸਰ। ਕਾਫੀ ਵਾਰੀ ਹੁੰਦਾ ਨਾ ਕਿ ਆਪਾਂ ਨੂੰ ਜ਼ਿਆਦਾ ਵੇਟ ਨਹੀਂ ਚਾਹੀਦਾ, ਉਸ ਟਾਈਪ ਦਾ ਲਹਿੰਗਾ ਹੈ, ਰਜਵਾੜੇ ਲਹਿੰਗਾ ਇਹਨੂੰ ਕਹਿੰਦੇ ਆਪਾਂ। ਇਹਦੇ ਵਿੱਚ ਵੀ ਪੇਚ ਵਰਕ ਮਿਲ ਜਾਂਦਾ ਹੈ। ਕੀ ਬਾਤ ਹੈ ਜੀ। ਹਾਂਜੀ ਸਰ, ਤੇ ਸਟਾਕ ਦੀ ਕੋਈ ਘਾਟ ਨਹੀਂ ਸਰ। ਹਾਂਜੀ, ਵੈਰਾਈਟੀ ਕਿੰਨੀ ਕੁ ਮੈਮ ਮਤਲਬ? ਸਰ 60,000 ਪਲੱਸ ਵੈਰਾਈਟੀਜ਼ ਨੇ। ਡਿਜ਼ਾਈਨਰ ਸਾਰੇ ਪੀਸ ਤੁਹਾਨੂੰ ਮਿਲ ਜਾਣਗੇ, ਕਲਰ ਡਿਫਰੈਂਟ ਮਿਲਣਗੇ ਸਾਰੇ ਦੇ ਸਾਰੇ। ਤੇ ਇਹਨਾਂ ਦੇ ਵਿੱਚ ਜਿਹੜਾ ਹੈਂਡਵਰਕ ਦਾ ਟੱਚਅਪ ਮੈਂ ਤੁਹਾਨੂੰ ਦਿਖਾਵਾਂ ਇੱਕ ਪੀਸ, ਜਿਹੜਾ ਕੱਲ ਹੀ ਇੱਕ ਹੈਂਡਵਰਕ ਦਾ ਪੀਸ ਆਇਆ ਜੀ। ਆ ਵੇਖੋ, ਕਾਫੀ ਵਾਰੀ ਕੁੜੀਆਂ ਨੂੰ ਹੈਂਡਵਰਕ ਹੀ ਚਾਹੀਦਾ ਹੁੰਦਾ ਹੈ। ਹੈਂਡਵਰਕ ਸਰ ਕਾਫੀ ਮਹਿੰਗਾ ਹੁੰਦਾ ਹੈ ਤੇ ਹੈਵੀ ਵੀ ਹੁੰਦਾ ਹੈ, ਬਟ ਤੁਹਾਨੂੰ ਇੱਥੇ ਮਿਲ ਜਾਂਦਾ ਹੈ ਰੀਜ਼ਨੇਬਲ ਪ੍ਰਾਈਸ ਦੇ ਵਿੱਚ, ਫੈਕਟਰੀ ਰੇਟ ਦੇ ਵਿੱਚ ਜੀ। ਆ ਵੇਖੋ ਸਰ, ਕੰਪਲੀਟ ਦਿਖਾ ਦਿੰਦੇ ਹਾਂ। ਇਹਦੇ ਨਾਲ ਡਬਲ ਦੁਪੱਟੇ ਮਿਲ ਜਾਂਦੇ ਨੇ ਸਰ, ਚੇਤਨ, ਡਬਲ ਦੁਪੱਟੇ ਦੇ ਨਾਲ ਇਹਦੇ ਵਿੱਚ ਕੰਪਲੀਟ ਐਕਸੈਸਰੀ ਵੀ ਮਿਲਦੀ ਹੈ ਸਰ, ਜਿਹਦੇ ਵਿੱਚ ਲਟਕਣ ਹੋ ਗਿਆ, ਪਰਸ ਹੋ ਗਿਆ, ਉਹ ਸਾਰੀਆਂ ਚੀਜ਼ਾਂ ਵੀ ਮਿਲ ਜਾਂਦੇ ਨੇ। ਆ ਵੇਖੋ ਸਰ, ਕੰਪਲੀਟ ਹੈਂਡਵਰਕ, ਪੂਰਾ ਦਾ ਪੂਰਾ ਸਰ ਜਰਦੋਸ਼ੀ ਵਰਕ ਹੈ, ਕੰਪਲੀਟ ਜਰਦੋਸ਼ੀ ਵਰਕ ਮਿਲ ਜਾਂਦਾ ਹੈ। ਕਲਰ ਵੀ ਕਾਫੀ ਪਿਆਰਾ ਹੈ ਸਰ, ਇਹਦੇ ਵਿੱਚ ਇੱਕ ਹੋਰ ਕਲਰ ਵੀ ਮਿਲ ਜਾਊਗਾ ਜੀ। ਹਾਂਜੀ ਸਰ, ਦੋਸਤੋ ਅਜਮੇਰਾ ਫੈਸ਼ਨ ਦਾ ਆਪਾਂ ਸਾਰਾ ਟੂਰ ਕੱਢਿਆ, ਸਾਰੇ ਤਰ੍ਹਾਂ ਦੇ ਪ੍ਰੋਡਕਟ ਦਿਖਾਏ, ਤੇ ਜੇਕਰ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ। ਥੈਂਕ ਯੂ ਮੈਮ। ਹਾਂਜੀ ਸਰ।